ਪਾਈ ਕਰੀਓ ਸੰਗਤ ਲੰਘਿਆ ਪੁੱਤ ਲੰਘਿਆ ਤਾਈ ਵਿਆਹ ਗਾ ਮੇਰਾ ਵਿਆਹ ਦਾ ਕਾਰਡ ਦੇਣਾ ਸੀ ਮੈਂ ਤੁਹਾਨੂੰ ਅੱਛਾ ਵਧਾਈਆਂ ਪੁੱਤ ਤੈਨੂੰ ਸਭਾ ਵਧਾਈਆਂ ਤਾਈ ਪਰ ਮੇਰੀ ਗੱਲ ਸੁਣ ਲਓ ਸਾਰੇ ਪਰਿਵਾਰ ਨੇ ਆਉਣਾ ਗਾ ਕਿਤੇ ਇਕੱਲਾ ਤਾਈ ਨਾ ਕੜਾਹੇ ਚੱਕਦੇ ਫਿਰਦਾ ਰਹੇ ਕੋਈ ਨਾ ਪੁੱਤ ਜ਼ਰੂਰ ਪਹੁੰਚਾਂਗੇ ਭਾਬੀ ਤੁਸੀਂ ਵੀ ਆਇਓ ਚੰਗਾ ਜੀ ਚੰਗਾ ਤਾਈ ਮੈਂ ਚੱਲ ਦਾਂਗਾ ਬਹਿ ਜਾ ਪੁੱਤ ਚਾਹ ਪੀ ਕੇ ਜਾਈ ਤਾਈ ਮੈਂ ਗਾਹਾਂ ਵੀ ਕਾਰਡ ਦੇ ਕੇ ਆਉਣੇ ਹੈਗੇ ਚੱਲ ਪੁੱਤ ਮਰਜ਼ੀ ਹੈ ਤੇਰੀ ਜੱਸੀ ਪੁੱਤ ਲੈ ਕਾਰਡ ਸਾਂਭ ਲੈ ਪਰ ਪੁੱਤ ਸੰਗਤ ਦੇ ਆਪਣਾ ਜਿੰਦਰ ਜਮਾਂ ਪੱਕੇ ਦੋਸਤ ਸੀ ਜੇ ਅੱਜ ਆਪਣਾ ਜਿੰਦਰ ਹੁੰਦਾ ਉਦੋਂ ਤਾਂ ਸੰਗਤ ਦੇ ਵਿਆਹ ਦਾ ਚਾਈ ਨਹੀਂ ਚੱਕਿਆ ਜਾਣਾ ਸੀ ਉਹ ਤਾਂ ਕੜਾਹੀ ਤੋਂ ਲੈ ਕੇ ਵਿਆਹ ਹੋਣ ਤੱਕ ਉਹਨਾਂ ਦੇ ਘਰੋਂ ਹੀ ਨਾ ਨਿਕਲਦਾ ਚੱਲ ਪੁੱਤ ਕੋਈ ਨਾ ਹੁਣ ਆਪਾਂ ਨੂੰ ਸੱਸ ਨੂੰਹਾਂ ਨੂੰ ਆਪਾਂ ਨੂੰ ਤਾਂ ਜਾਣਾ ਪੈਣਾ ਹੈਗਾ ਸਾਂਭਦੇ ਪੁੱਤ ਆ ਕਾਰਡ ਸਾਂਭਦੇ ਸੁਣਦੇ ਹੋ ਹਾਂਜੀ ਸਵੇਰ ਦੇ ਇਹਦੇ ਵੱਲ ਹੀ ਹੋਏ ਪਏ ਹੋ ਕੁਛ ਰੋਟੀ ਪਾਣੀ ਖਾਇਆ ਕਿ ਨਹੀਂ ਕੋਈ ਨਹੀਂ ਰੋਟੀ ਪਾਣੀ ਵੀ ਖਾ ਲਾਂਗੇ ਤੂੰ ਐਂ ਦੱਸ ਮੇਰੇ ਕੱਪੜੇ ਪੈਕ ਕਰਤੇ ਕਰਤੇ ਬੈਗ ਵਿੱਚ ਤੁਹਾਡੇ ਕੁੜਤੇ ਪਜਾਮੇ ਲੋਈ ਜੋ ਤੁਹਾਡੀ ਲੋੜ ਦੀ ਚੀਜ਼ ਹੈ ਮੈਂ ਸਾਰਾ ਕੁਛ ਪਾਤਾ ਹੈ ਬਸ ਠੀਕ ਹੈ ਫਿਰ ਹੁਣ ਮੰਡੀ 'ਚ ਟਰਾਲੀਆਂ ਖੜੀਆਂ ਨੇ ਸਾਰੇ ਪਹੁੰਚ ਗਏ ਅਸੀਂ ਉਹ ਲੇਟ ਹਾਂ ਜਾ ਬੈਗ ਲਿਆ ਮੇਰਾ ਚੱਕ ਕੇ ਬੈਗ ਤਾਂ ਲੈ ਆਉਂਦੇ ਹਾਂ ਤੁਸੀਂ ਤਾਂ ਐਂ ਗੱਲਾਂ ਕਰਦੇ ਹੋ ਜਿਵੇਂ ਪੱਕੇ ਜਾ ਰਹੇ ਹੋ ਧਰਨੇ 'ਤੇ ਹੀ ਜਾ ਰਹੇ ਹੋ ਜ਼ਿਆਦਾ ਧਰਨੇ 'ਚ ਰਹੇ ਯਾਰ ਹੁਣ ਕੀ ਪਤਾ ਕਿੰਨਾ ਕੁ ਟਾਈਮ ਲੱਗ ਜੇ ਹੱਕਾਂ ਦੀ ਲੜਾਈ ਹੈ ਜਿੱਤ ਗਈ ਮੁੜਾਂਗੇ ਬਸ ਤੂੰ ਇਹ ਨਾ ਪੁੱਛ ਵੀ ਕਿੰਨਾ ਕੁ ਟਾਈਮ ਲੱਗੂ ਪਰ ਮੇਰਾ ਧਿਆਨ ਤਾਂ ਤੁਹਾਡੇ 'ਚ ਹੀ ਰਹੂਗਾ ਨਾ ਮੈਨੂੰ ਟਾਈਮ ਟਾਈਮ ਨਾਲ ਫੋਨ ਕਰਦੇ ਰਹੋ ਦੱਸਦੇ ਰਹੋ ਔਰ ਰੋਟੀ ਪਾਣੀ ਟਾਈਮ ਨਾਲ ਖਾਂਦੇ ਰਹੋ ਤੂੰ ਟੈਨਸ਼ਨ ਨਾ ਲੈ ਮੇਰਾ ਵੀ ਧਿਆਨ ਤੇਰੇ 'ਚ ਹੀ ਰਹੂਗਾ ਨਾਲੇ ਗੱਲ ਹੁਣ ਜ਼ਮੀਨ ਦੀ ਨਹੀਂ ਜ਼ਮੀਰਾਂ ਦੀ ਹੈ ਨਸਲਾਂ ਦੇ ਫਸਲਾਂ ਦੀ ਲੜਾਈ ਹੈ ਜਿੱਤ ਕੇ ਮੁੜਾਂਗੇ ਨਾਲੇ ਆਪਣਾ ਪਿਆਰ ਤਾਂ ਉਮਰਾਂ ਤੱਕ ਦੇਣਾ ਇਹ ਲੜਾਈ ਤਾਂ ਅੱਜ ਦੀ ਹੈ ਅੱਜ ਨਾ ਰੋਕ ਯਾਰ ਚੰਗਾ ਲੱਗਦਾ ਸਾਡੇ ਬਾਬੇ ਉੱਥੇ ਬਾਰਡਰਾਂ 'ਤੇ ਬੈਠੇ ਨੇ ਅਤੇ ਜਵਾਨ ਘਰੇ ਬੈਠੇ ਹਾਂ ਅਸੀਂ ਨਹੀਂ ਨਹੀਂ ਮੈਂ ਤੁਹਾਨੂੰ ਰੋਕ ਨਹੀਂ ਰਹੀ ਬਸ ਫਿਕਰ ਲੱਗ ਰਹੀ ਸੀ ਊਂ ਤਾਂ ਮੈਨੂੰ ਤੁਹਾਡੇ 'ਤੇ ਮਾਣ ਹੈ ਤੁਸੀਂ ਜਾਓ ਮੈਂ ਤੁਹਾਡੇ ਲਈ ਬੈਗ ਲੈ ਕੇ ਆਉਂਦੀ ਹਾਂ ਲੈ ਕੇ ਆ ਵਿੱਚ ਪੈ ਗਿਆ ਸੈਂਟਰ ਨਾ ਖਿੱਚ ਲੈ ਜੱਟਾਂ ਖਿੱਚ ਤਿਆਰੀ ਜੱਸੀ ਪੁੱਤ ਆ ਰੋਟੀ ਖਾ ਲੈ ਹਾਂਜੀ ਆਈ ਲੈ ਮਾਂ ਲੈ ਲੈ ਰੋਟੀ ਆ ਪੀੜੀ 'ਤੇ ਬਹਿ ਜਾਂਦਾ ਪੁੱਤ ਉਹ ਬਸ ਬੇਬੇ ਪੀੜੀ 'ਤੇ ਬੈਠਣ ਨੂੰ ਕੀ ਹੈ ਤੈਨੂੰ ਪਤਾ ਬੇਬੇ ਆਪਣੀ ਮੰਡੀ ਭਰੀ ਪਈ ਹੈ ਇੰਨਾ ਇਕੱਠ ਹੋਇਆ ਪਿਆ ਟਰਾਲੀਆਂ ਟਰਾਲੀਆਂ ਅਤੇ ਮੈਂ ਵੀ ਆਪਣਾ ਟਰੈਕਟਰ ਲੈ ਕੇ ਜਾਣਾ ਦਿੱਲੀ ਜਾਵਾਂਗੇ ਅਸੀਂ ਬੇ ਚੱਲ ਪੁੱਤ ਕੋਈ ਗੱਲ ਨਹੀਂ ਜਾ ਇਹ ਤਾਂ ਮੈਨੂੰ ਪਤਾ ਹੀ ਹੈ ਜਿੱਦਾਂ ਦਾ ਸਰਕਾਰ ਨੇ ਨਾ ਜੱਬ ਪਾਇਆ ਨਵਾਂ ਸੱਚੀ ਸਭ ਦਾ ਜਿਉਣਾ ਦੁੱਬਰ ਕੀਤਾ ਹੋਇਆਗਾ ਬੁਰਾ ਹਾਲ ਕਰ ਰੱਖਿਆ ਸਭ ਦਾ ਚੱਲ ਪੁੱਤ ਕੋਈ ਨਾ ਤੂੰ ਜਾਈਂ ਪਰ ਵੈਸੇ ਇੱਕ ਗੱਲ ਦਾ ਧਿਆਨ ਰੱਖੀਂ ਤੂੰ ਆਪਦਾ ਧਿਆਨ ਰੱਖੀ ਅਤੇ ਘਰੇ ਕਿਸੇ ਵੀ ਗੱਲ ਦੀ ਫਿਕਰ ਨਾ ਕਰੀਂ ਅਸੀਂ ਹੈਗੇ ਟੈਨਸ਼ਨ ਕੋਈ ਲੈਣੀ ਬੇਬੇ ਹਾਲ ਤਾਂ ਬਹੁਤ ਤਿਆਰੀ ਕਰਨੀ ਆ ਆਹ ਟਰੈਕਟਰ ਦੇ ਝੰਡੇ ਝੁੰਡੇ ਲਾਵਾਂਗੇ ਜਾ ਕੇ ਚੱਲ ਪੁੱਤ ਕੋਈ ਨਾ ਜੰਗ ਜਿੱਤ ਕੇ ਮੁੜਿਓ ਚੰਗਾ ਤੂੰ ਟੈਨਸ਼ਨ ਲਾ ਬੇਬੇ ਬਸ ਬਹੁਤ ਹੈ ਜਾਂਦਾ ਮੈਂ ਪੁੱਤ ਰੋਟੀ ਤਾਂ ਖਾ ਜਾਂਦਾ ਉਹ ਬਸ ਲੇਟ ਆ ਪਹਿਲੀ ਓਹੋ ਬੇਬੇ ਬੇਬੇ ਹਾਂ ਪੁੱਤ ਤੁਸੀਂ ਕਿਹੜੇ ਖਿਆਲਾਂ 'ਚ ਪੈ ਗਏ ਕੁਛ ਨਹੀਂ ਪੁੱਤ ਚੱਲ ਆ ਜਾ ਰੋਟੀ ਖਾ ਲੈ ਹਾਂਜੀ ਉਹ ਭਾਈ ਝਾੜੂ ਪਹਿਲਾਂ ਇੱਧਰ ਲਾਉਣ ਲੱਗ ਗਈ ਉਹ ਮੈਸਾਂ ਕਿ ਨਹੀਂ ਦੇਖ ਲੈਂਦੀ ਚਾਚਾ ਜੀ ਮੈਂ ਸਾਲਾ ਤਾਂ ਮੈਂ ਬਾਅਦ 'ਚੋਂ ਵੀ ਕਰ ਦੂੰ ਆ ਵੀਰੇ ਨੇ ਜਾਣਾ ਸੀ ਮੈਂ ਕਿਹਾ ਪਹਿਲਾਂ ਝਾੜੂ ਮਾਰਦਾ ਫਿਰ ਝਾੜੂ ਨਹੀਂ ਮਾਰਦੇ ਹੁੰਦੇ ਚੱਲ ਕੋਈ ਨਹੀਂ ਭਾਈ ਕਰ ਲੈ ਹਾਂ ਸ਼ੇਰਾ ਹੋ ਗਈ ਤਿਆਰੀ ਹਾਂ ਬਾਪੂ ਫੁੱਲ ਤਿਆਰੀ ਹੈ ਸਾਡੀ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਵੀ ਆਪਣਾ ਵੀਰਾ ਵੀ ਜਾ ਰਿਹਾ ਟਰੈਕਟਰ ਲੈ ਕੇ ਹਾਂ ਅਤੇ ਉਹ ਕਾਲਾ ਵੀ ਹਾਂ ਵੀ ਜ਼ਰੂਰੀ ਆਪਣੇ ਨਾਲ ਲੈ ਕੇ ਜਾਵਾਂ ਕਿ ਨਾ
ਬੌਲੀਆਂ ਗੱਲਾਂ ਕਿਉਂ ਕਰਦਾ ਸ਼ੇਰਾ? ਉਹ ਟਰੈਕਟਰ ਟਰਾਲੀਆਂ ਦਾ ਜਿੰਨੇ ਜਾਣ ਉੱਨੀ ਥੋੜ੍ਹੇ ਨੇ। ਨਾਲੇ ਮੈਂ ਤਾਂ ਤੇਰੇ ਤਾਈ ਵਰਗੇ ਨਾਲ ਸੀਗਾ ਕਰਿਆ ਹੋਇਆ ਸੀਗਾ, ਮੈਂ ਜਾਊਂਗਾ, ਇਹਦਾ ਤੂੰ ਨਹੀਂ ਮੰਨਿਆ। ਚੱਲ ਐਂ ਕਰੀ ਪੁੱਤ, ਟਰੈਕਟਰ ਦੀ ਤੇਲ ਵਾਲੀ ਟੈਂਕੀ ਫੁੱਲ ਕਰਾ ਦੀ, ਰਾਸ਼ਨ ਪਾਣੀ ਦੀ ਜੇ ਕੋਈ ਕਮੀ ਹੈ ਦੱਸ। ਨਾ ਨਾ ਬਾਪੂ, ਪੈਸੇ ਟੱਕੇ ਮੈਂ ਲੈ ਲਏ, ਸਾਰਾ ਕੁਛ ਹੈਗਾ, ਨਾਲੇ ਤੈਨੂੰ ਪਤਾ ਤਾਂ ਹੈਗਾ ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ, ਖਾਣ ਪੀਣ ਨੂੰ ਬਥੇਰਾ, ਚਾਹੇ ਮਹੀਨਾ ਚਾਹੇ 6 ਮਹੀਨੇ ਲੱਗ ਜਾਣ, ਕੋਈ ਚੱਕਰ ਨਹੀਂ। ਕੋਈ ਨਹੀਂ ਪੁੱਤ, ਐਂ ਤਾਂ ਮੈਨੂੰ ਤੁਹਾਡੇ 'ਤੇ ਪੂਰਾ ਮਾਣ ਹੈ। ਆਪਣੇ ਪਿੰਡ ਦੇ ਸਾਰੇ ਨੌਜਵਾਨ ਨਾ ਇਸੇ ਗੱਲ 'ਤੇ ਅੜੇ ਹੋਏ ਨੇ ਵੀ ਬਜ਼ੁਰਗਾਂ ਨੂੰ ਨਹੀਂ ਅਸੀਂ ਮੂਹਰੇ ਹੋਣ ਦੇਣਾ, ਮੂਹਰੇ ਹੋ ਕੇ ਆਪ ਲੜਾਂਗੇ। ਬਸ ਮੇਰਾ ਪੁੱਤ ਬਣ ਕੇ ਕਿਸੇ ਗੱਲੋਂ ਪਿੱਠ ਨਾ ਦਿਖਾਂਗੇ। ਨਾ ਬਾਪੂ, ਗੱਲ ਇਕੱਲੀ ਆਪਣੀ ਜ਼ਮੀਨਾਂ ਦੀ ਨਹੀਂ, ਜ਼ਮੀਰਾਂ ਦੀ ਵੇ ਪੁੱਤ। ਜੇ ਕਿਸਾਨ ਹੀ ਮਰ ਗਿਆ ਨਾ ਤਾਂ ਸਮਝ ਲੈ ਭੁੱਖੇ ਮਰੂਗੀ ਦੁਨੀਆ। ਆਪਣੇ ਨਾਲ ਹੀ ਵਿਚਾਰੇ ਕੰਮੇ ਨੇ। ਅਤੇ ਪੁੱਤ, ਇਹਦੇ ਕੱਪੜੇ ਲੀੜੇ ਪਾ ਤੇ ਸਾਰੇ? ਚੱਲ ਠੀਕ ਹੈ, ਮੈਂ ਵੀ ਇੱਕ ਵਾਰ ਮੰਡੀ ਜਾ ਵਾ, ਟਰੈਕਟਰ ਟਰਾਲੀਆਂ ਤੋਰਿਆ ਮੈਂ। ਹੈ ਚੱਲ ਲਿਆ ਪੁੱਤ ਟਰੈਕਟਰ ਓਏ, ਤਾਇਆ ਆ ਜਾਓ, ਸ਼ੇਰਾ ਆ ਜਾਓ। ਸਤਿ ਸ਼੍ਰੀ ਅਕਾਲ ਤਾਇਆ ਜੀ, ਆਉਂਦਾ ਰਹੇ ਜੀ, ਆਉਂਦੀ ਰਹਤੀ। ਲੈ ਮਨਜੀਤ, ਤਾਈ ਹੋਰੋਂ ਡੱਬਾ ਫੜਾਇਆ। ਹੋਰ ਤਾਇਆ, ਕਿਵੇਂ ਰਿਹਾ ਕੰਮ ਕਾਰ? ਕੰਮ ਕਾਰ ਸਾਰੇ ਵਿਆਹ ਦੇ ਵਿੱਚ ਨਾ ਇਹੀ ਸੋਚ ਲੱਗੀ ਰਹੀ ਵੀ ਤੂੰ ਕਿਵੇਂ ਕੰਮ ਕਰਦਾ ਹੋਏਗਾ। ਓਏ ਪੁੱਤ, ਮੇਰੀ ਫਿਕਰ ਨਾ ਕਰਿਆ ਕਰ ਤੂੰ ਇੰਨੀ। ਤੂੰ ਵਿਆਹ ਵਧੀਆ ਦੇਖਿਆ? ਹਾਂ, ਵਿਆਹ ਪੂਰਾ ਵਧੀਆ ਦੇਖਿਆ। ਚੱਲ ਵਧੀਆ ਰਿਹਾ। ਤੇ ਪੁੱਤ ਆਪਣਾ ਤਾਂ ਬਸ 2-3 ਕਿੱਲਿਆਂ 'ਚ ਰੇਹ ਖਿਣਾਉਣ ਵਾਲਾ, ਹੋਰ ਤਾਂ ਕੋਈ ਜ਼ਿਆਦਾ ਕੰਮ ਨਹੀਂ? ਕੋਈ ਨਹੀਂ, ਮੈਂ ਤਾਂ ਹੁਣ ਇਕੱਲੇ ਹੀ ਖਿਣਾਇਆ ਆਊਂਗਾ, ਐਡੀ ਕਿਉਂ ਪਰਵਾਹ ਕਰਦਾ ਤੂੰ? ਕੋਈ ਨਹੀਂ, ਮੈਂ ਨਾਲ ਚੱਲਾਂ ਤੇਰੇ। ਵਧੀਆ ਦੇਖਿਆ ਵਿਆਹ? ਹਾਂ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਸ਼ੁਕਰ ਹੈ ਪੁੱਤ ਤੂੰ ਆ ਗਿਆ, ਵਧੀਆ ਕੀਤਾ। ਆ ਤੇਰੇ ਤਾਏ ਤੋਂ ਨਾ ਇੱਕ ਬਾਂਹ ਨਾਲ ਕਿੱਥੋਂ ਕੰਮ ਬਣਦਾ ਵਿਚਾਰੇ ਤੋਂ। ਚੱਲ ਹੁਣ ਤੂੰ ਆ ਗਿਆ, ਆਪੀ ਸਾਂਭ ਲਏਗਾ ਭਾਈ। ਉਹ ਕੰਮ ਕਾਰ ਕਰੀ ਜਾਵਾਂਗੇ ਅਸੀਂ, ਤੂੰ ਐਂ ਕਰ ਰੋਟੀ ਵਾਲਾ ਝੋਲਾ ਫੜਾ ਸਾਡਾ, ਖੇਤ ਨੂੰ ਜਾਈਏ ਕਿ ਹਾਂ ਬੰਨੀ ਪਈ ਹੈ ਜੀ, ਮੈਂ ਲਿਆਉਂਦੀ ਹਾਂ। ਪਾਲੇ ਪੁੱਤ, ਐਂ ਕਰ ਦੋ ਮੈਂ ਸਾਨੂੰ ਪਾਣੀ ਪਿਆ ਦੇ ਨਾਲੇ ਤਾਂ, ਨਾਲੇ ਆ ਤੇਰੀ ਤਾਈ ਤੋਂ ਰੋਟੀ ਫੜ ਕੇ ਆ ਜਾ, ਮੈਂ ਆ ਖੜਾ ਵੜੇ ਗਲਵੇ। ਠੀਕ ਆ। ਔਰ ਜੀ ਖੜੀਆਂ ਨੇ, ਕਾਕੰਡਾ ਵੀ ਕਰਿਆ ਪਿਆ। ਤਾਈ, ਤਾਏ ਨੇ ਪਾਣੀ ਪਿਆਦਾ ਮੈਂ ਸਾਨੂੰ? ਬੇ ਪੁੱਤ, ਲੱਗ ਤਾਂ ਰਿਹਾ ਸੀਗਾ, ਬਾਕੀ ਕੋਈ ਗੱਲ ਨਹੀਂ, ਜੇ ਇੱਕ ਅੱਧੀ ਰਹਿੰਦੀ ਹੋਈ ਮੈਂ ਪਿਲਾ ਦੂੰਗੀ। ਤੂੰ ਐਂ ਕਰ, ਆ ਲੈ ਕੇ ਜਾ ਰੋਟੀ, ਤੇਰਾ ਟਾਇਰ ਡੀਕਦਾ ਹੋਣਾ ਬਾਹਰ ਹੀ ਖੜੇਗਾ। ਠੀਕ ਹੈ। ਤਾਈ, ਆ ਝਾੜੂ ਤਾਂ ਮੈਂ ਕੰਮ ਨੇ ਮੇੜਤਾ, ਬਸ ਮੈਨੂੰ ਐਂ ਦੱਸ ਗੋਹਾ ਗੋਹਾ ਪੱਥਣ ਵਾਲਾ ਕਿੰਨੇ ਦਿਨ ਹੋ ਗਏ? ਮੈਂ ਤਾਂ ਆਈ ਨਹੀਂ, ਢੇਰ ਲੱਗਿਆ ਪਿਆ ਹੋਊ ਗੋਹੇ ਦਾ ਵੀ। ਨਾ ਨਾ ਪੁੱਤ, ਗੋਹਾ ਤਾਂ ਮੈਂ ਨਾਲ ਦੀ ਨਾਲ ਹੀ ਪੱਥੀ ਗਈ, ਬਾਕੀ ਪਾਥੀਆਂ ਜੀ ਤਾਂ ਥੱਲੇ ਨਾਲ ਹੀ ਹੋ ਰਹੀਆਂ ਨੇ ਖਬਾਵਾ ਜੀਆਂ। ਚੱਲ ਫਿਰ, ਚੱਲ ਥੱਲੇ ਆਉਂਦੇ। ਚੱਲ ਕੋਈ ਨਾ ਪੁੱਤ, ਉੱਥੇ ਟਾਈਮ ਲੱਗ ਜੂਗਾ। ਮੈਂ ਕਰਦੀ ਹਾਂ ਮੜੀ ਜੀ ਖੜੀ ਖੜੀ, ਤੇਰੇ ਤਾਈ ਦਾ ਪਤਾ ਲਿਆ, ਮੌਤ ਢਿੱਲੀ ਜੀ ਹੋ ਰਹੀ ਸੀ, ਇਹਨੇ ਤੂੰ ਕੰਮ ਨਿਬੇੜੇ ਹੈ। ਚੰਗਾ ਚੰਗਾ, ਦੱਸ ਹੁਣ ਹੀ ਆ ਗਈ। ਦੀਦੀ। ਹਾਂ ਮਨਜੀਤ। ਹਜੇ ਸਬਜ਼ੀ ਚੀਰੀ ਜਾਂਦੇ ਹੋਗੇ? ਬਾਹਲੀ ਲੇਟ ਕਰਤੀ ਅੱਜ। ਨਾ ਨਾ, ਸਵੇਰ ਦੀ ਸਬਜ਼ੀ ਤਾਂ ਮੰਮੀ ਬਣਾ ਗਏ ਸੀ, ਇਹ ਤਾਂ ਰਾਤ ਦੀ ਲਈ ਮੈਂ ਕਰ ਰਹੀ ਸੀ। ਲੈ ਮੈਨੂੰ ਫੜਾਓ, ਮੈਂ ਚੀਰਦਾ ਨਹੀਂ। ਕੰਮ ਤਾਂ ਹੁੰਦੇ ਰਹਿਣਗੇ, ਤੂੰ ਪਹਿਲਾਂ ਇਹ ਦੱਸ ਵਿਆਹ ਕਿਵੇਂ ਰਿਹਾ? ਵਿਆਹ ਦੀ ਤਾਂ ਪੁੱਛਣ ਦੀਦੀ, ਬਾਲਾਂ ਵਧੀਆ ਨਿਬੜਿਆ। ਮੇਰੀ ਭੂਆ ਤਾਂ ਨਾ ਮੈਨੂੰ ਹਜੇ ਵੀ ਨਹੀਂ ਆਉਣ ਦਿੰਦੀ ਸੀ, ਮੈਨੂੰ ਕਹਿੰਦੀ ਮਸਾਂ ਮਸਾਂ ਤਾਂ ਤੂੰ ਆਉਂਦੀ ਆ, ਹੁਣ ਵੀ ਜਲਦੀ ਕਰਦੀ ਆ, ਕਹਿੰਦੀ ਫਟਾਫਟ ਚੱਲ। ਕਹਿੰਦੀ ਸਾਰੇ ਵਿਆਹ ਦੇ ਕੰਮ ਮੈਂ ਕੀਤੇ ਨੇ ਦੀਦੀ, ਸਾਰਿਆਂ ਦਾ ਲੈਣ ਦੇਣ ਸਾਰਾ ਮੇਰੇ ਹੱਥ 'ਚ ਸੀ, ਨਾਲੇ ਨਾ ਸਾਰੇ ਮੈਨੂੰ ਬਿੰਦੇ ਬਿੰਦੇ ਖਜਾਈ ਜਾਂਦੇ ਸੀ, ਤੂੰ ਤਾਂ ਮੋਟੀ ਹੋ ਗਈ, ਤੂੰ ਮੋਟੀ ਹੋ ਗਈ। ਤੁਹਾਨੇ ਤਾਂ ਮੈਨੂੰ ਕਦੇ ਕਿਹਾ ਨਹੀਂ ਵੀ ਮੈਂ ਮੋਟੀ ਹੋ ਗਈ, ਉਹ ਖਜਾਈ ਗਏ ਮੈਨੂੰ ਵਿਆਹ 'ਚ। ਤੂੰ ਗੁੱਸਾ ਨਾ ਕਰਿਆ ਕਰ, ਤੂੰ ਤਾਂ ਭਾਗਾਂ ਵਾਲੀ ਹੈ, ਤੂੰ ਇਹ ਵੀ ਤਾਂ ਦੇਖ ਤੇਰੇ ਸਿਰ ਦਾ ਸਹੀ ਤੇਰੇ ਨਾਲ ਹੈ, ਤੂੰ ਉਹਦੇ ਹੌਸਲੇ 'ਚ ਕਿੰਨਾ ਕੰਮ ਕਰੀ ਜਾਂਦੀ ਹੈ, ਭੱਜਦੀ ਫਿਰਦੀ ਹੈ। ਦੂਜੇ ਪਾਸੇ ਤੂੰ ਮੈਨੂੰ ਦੇਖ, ਮੈਨੂੰ ਤਾਂ ਗਮਾਂ ਨੇ ਖਾ ਲਿਆ, ਸੁੱਕ ਕੇ ਤੀਲਾ ਹੋ ਗਈ। ਸਾਰਾ ਕੁਛ ਹੋਣ ਦੇ ਬਾਵਜੂਦ ਵੀ ਮੇਰੇ ਸਿਰ ਦਾ ਸਹੀ ਮੇਰੇ ਨਾਲ ਨਹੀਂ ਹੈ। ਦੀਦੀ, ਤੁਸੀਂ ਐਵੇਂ ਉਦਾਸ ਨਾ ਹੋਇਆ ਕਰੋ। ਪਰ ਤੈਨੂੰ ਇੱਕ ਗੱਲ ਦੱਸਾਂ ਮਨਜੀਤ, ਭਾਵੇਂ ਤੇਰੇ ਘਰ ਗਰੀਬੀ ਹੈ ਪਰ ਤੂੰ ਮੇਰੇ ਨਾਲੋਂ ਵੱਧ ਅਮੀਰ ਹੈ।
ਮੇਰੇ ਕੋਲ ਸਾਰਾ ਕੁਝ ਹੋਣ ਦੇ ਬਾਵਜੂਦ ਵੀ। ਦੀਦੀ ਤੁਸੀਂ ਐਵੇਂ ਨਾ ਸੋਚਿਆ ਕਰੋ, ਆਹ ਦੇਖ ਲਓ ਤਾਇਆ ਤਾਈ ਤੁਹਾਨੂੰ ਕਿੰਨਾ ਪਿਆਰ ਕਰਦੇ ਨੇ, ਹਰ ਇੱਕ ਗੱਲ ਪੂਰੀ ਕਰਦੇ ਨੇ ਤੁਹਾਡੀ। ਮੈਂ ਉਹ ਗੱਲ ਤਾਂ ਸਮਝਦੀ ਹਾਂ, ਪਰ ਗੁਰਜਿੰਦਰ ਦੀ ਕਮੀ ਕੋਈ ਪੂਰੀ ਨਹੀਂ। ਮਨਜੀਤ ਆਉਣੀ ਹੈ ਤਾਈ, ਜਾ ਤੂੰ ਟੈਨਸ਼ਨ ਨਾ ਲਿਓ, ਠੀਕ ਹੈ ਆ ਜਾਓ ਤਾਈ ਚੱਲੀਏ। ਕੋਈ ਕਮੀ ਨਹੀਂ ਰਹਿ ਗਈ, ਪੂਰੀ ਮਿਸਤਰੀ ਪਈ ਆ, ਆਪਾਂ ਸਿੱਧੀ ਇਹਦੀ ਮਸ਼ੀਨ ਹੀ ਵਾੜਾਂਗੇ। ਉਹ ਤਾਇਆ ਲੈ ਵੀਰਾ ਉਈ ਮਾਰੀ ਗਿਆ ਪਕਾਈ, ਆਹ ਪੂਰੀ ਤਾਂ ਮਿਸਤਰੀ ਪਈ ਆਪਣੀ ਕਣਕ, ਇਹਦੇ ਵਿੱਚ ਤਾਂ ਆਪਾਂ ਇੱਥੇ ਦੋ ਟਰਾਲੀਆਂ ਕੱਢਾਂਗੇ, ਹੁਣ ਮੈਂ ਵੀ ਨਾਲੇ ਇਹਦੇ ਵਿੱਚ ਅੱਧੀ ਪੂਰੀ ਹੋਈ ਮਾਰੀ। ਕੀ ਗੱਲ ਤਾਇਆ ਬੋਲਦਾ ਨਹੀਂ, ਉਹ ਨਿਗਾ ਤਾਂ ਮਾਰ ਕੜਕਣੀ। ਕੀ ਗੱਲ ਤਾਇਆ ਬੋਲੀ ਨਹੀਂ ਹੈਗਾ, ਭੁੱਖ ਲੱਗੀ ਆ, ਨਾ ਤਾਂ ਕਣਕ ਨਹੀਂ ਦੇਖਿਆ ਕਿੰਨੀ ਸੋਹਣੀ ਹੋਈ ਆ ਪੁੱਤ। ਪਾਲਿਆ ਤੈਨੂੰ ਇੱਕ ਗੱਲ ਯਾਦ ਹੈ, ਜਦੋਂ ਆਪਣਾ ਗੁਰਜਿੰਦਰ ਨਵਾਂ ਨਵਾਂ ਖੇਤੀ ਕਰਨ ਲੱਗਿਆ ਸੀ, ਪਹਿਲੇ ਸਾਲ ਵੀ ਆਪਣੀ ਕਣਕ ਬਹੁਤ ਵਧੀਆ ਨਿਕਲੀ ਸੀ, ਹੜਤੀ ਇਹਦੇ ਕਣਕ ਵੇਚ ਕੇ ਆਇਆ, ਬੜਾ ਚਾਹ ਸੀ ਉਹਨੂੰ, ਕਹਿੰਦਾ ਡੈਡੀ ਆਪਾਂ ਮੋਟਰ ਵੱਡੀ ਪਾਵਾਂਗੇ ਖੇਤ 'ਚ, ਵੱਡਾ ਟਰੈਕਟਰ ਲਵਾਂਗੇ। ਵੱਡਾ ਟਰੈਕਟਰ ਵੀ ਲੈ ਲਿਆ, ਮੋਟਰ ਵੀ ਵੱਡੀ ਪੈ ਗਈ, ਪਰ ਪੁੱਤੇ ਖੇਤ ਦੇ ਵਿੱਚ ਹੁਣ ਜੋਗਰਾ ਨਹੀਂ ਛੱਡਿਆ ਮਾੜੀਆਂ ਸਰਕਾਰਾਂ ਨੇ। ਪਤਾ ਆ ਮੈਂ ਰੋਟੀ ਲਿਆਉਣਾ, ਅਸੀਂ ਰੋਟੀ ਖਾਂਦੇ ਹਾਂ। ਪਤਾ ਨਹੀਂ ਤਾਇਆ ਕਦੋਂ ਨਿਕਲ ਗਈ ਇਸ ਤੋਂ ਕੁਛ, ਚਲ ਰੋਟੀ ਤਾਂ ਖਵਾ। ਲੈ ਤਾਈ ਆ ਵੀ ਪੜ ਮੈਂ ਹੋਰ ਲਿਆਵਾਂ। ਲਿਆ ਪੁੱਤ। ਤਾਈ ਕੀ ਹੋ ਗਿਆ, ਸਿਹਤ ਡਾਊਨ ਅੱਜ? ਨਾ ਨਾ ਪੁੱਤ, ਬਸ ਉਹ ਘਬਰਾਹਟ ਜਿਹੀ ਹੋਈ ਜਾਂਦੀ ਹੈ। ਤਾਈ ਮੈਨੂੰ ਪਤਾ ਤੂੰ ਵੀਰੇ ਦੀ ਟੈਨਸ਼ਨ ਕਰਦੀ ਆ, ਮੈਨੂੰ ਐਂ ਦੱਸ ਟੈਨਸ਼ਨ ਲੈ ਕੇ ਕੋਈ ਹੱਲ ਬਣ ਜੂਗਾ? ਕਿਉਂ ਐਂ ਕਰਦੀ ਆ, ਜੇ ਬਿਮਾਰ ਪੈ ਗਈ ਨਾ ਮੰਜਾ ਤਾਂ ਬਾਹਲਾ ਹੀ ਔਖਾ ਹੋਜੂ ਕੰਮ ਧੰਦੇ ਦਾ। ਪੁੱਤ ਮੈਂ ਕਾਹਨੂੰ ਟੈਨਸ਼ਨ ਲੈਂਦੀ ਹਾਂ, ਜੇ ਖਾਣੇ ਦੀ ਟੈਨਸ਼ਨ ਤਾਂ ਆਪਦੇ ਆਪ ਹੀ ਆ ਜਾਂਦੀ ਹੈ। ਊਂ ਲੱਗਦਾ ਪੁੱਤ ਖੋਹੈ, ਸਾਰੀ ਉਮਰ ਉਹਦੀ ਕਮੀ ਨਹੀਂ ਪੂਰੀ ਹੋਣੀ। ਚੱਲ ਕੋਈ ਨਾ ਤਾਈ, ਤੂੰ ਮਨ ਹੌਲਾ ਨਾ ਕਰ, ਆਹ ਦੇਖ ਤੇਰੀ ਨੂੰਹ ਕਿੰਨੀ ਚੰਗੀ ਹੈਗੀ, ਕਿੰਨੀ ਸੇਵਾ ਕਰਦੀ ਹੈ ਤੁਹਾਡੀ, ਇਹ ਤਾਂ ਤੂੰ ਕਰਮ ਵਾਲੀ ਆ। ਹਾਂ ਪੁੱਤ, ਨੂੰਹ ਤਾਂ ਮੇਰੀ ਬਥੇਰੀ ਚੰਗੀ ਹੈ, ਸਾਡੀ ਬੇਟਿਆਂ ਦੀ ਸੇਵਾ ਕਰਦੀ ਹੈ, ਉਹਨੂੰ ਵਿਚਾਰੀ ਨੂੰ ਕੀ ਦੋਸ਼ ਹੈ, ਉਹ ਤਾਂ ਆਪ ਦੁੱਖਾਂ ਦੀ ਮਾਰੀ ਹੈ। ਚੱਲ ਕੋਈ ਨਾ, ਤੂੰ ਮਨ ਨਾ ਹੌਲਾ ਕਰ, ਚੱਲ ਆਪਾਂ ਪਾਥੀਆਂ ਲਾਈਏ। ਪੁੱਤ ਤੂੰ ਐਂ ਕਰ, ਆਹ ਚਾਰ ਕੁ ਪਾਥੀਆਂ ਤੂੰ ਲਾ ਦੇ, ਮੈਂ ਉੱਧਰ ਬੈਠਦੀ ਹਾਂ, ਘਬਰਾਹਟ ਜਿਹਾ ਹੋਈ ਜਾਂਦਾ ਮੈਨੂੰ, ਮਾੜਾ ਜਿਹਾ ਦਮ ਜਿਹਾ ਲੈ ਲਿਆ। ਆ ਗਏ ਜੀ, ਪਾਣੀ ਗਰਮ ਹੋਇਆ ਪਿਆ, ਨਹਾਓ ਤੁਸੀਂ ਤੇ ਮੈਂ ਰੋਟੀ ਗਰਮ ਕਰ ਦਿੰਦੀ ਹਾਂ। ਨਾ ਨਾ ਰੋਟੀ ਨਾ ਗਰਮ ਕਰ, ਤਾਈ ਨੇ ਗਰਮੀ ਪਾਈ ਹੈਗੀ। ਅੱਛਾ
ਕੀ ਹੋ ਗਿਆ ਜੀ? ਅੱਜ ਤੁਸੀਂ ਇਹ ਮੂੰਹ ਕਾਹਤੋਂ ਕੀਤਾ? ਕੀ ਦੱਸਾਂ ਮਨਜੀਤ, ਅੱਜ ਸਾਰਾ ਦਿਨ ਤਾਏ ਨਾਲ ਮੈਂ ਖੇਤ 'ਚ ਕੰਮ ਕਰਦਾ ਰਿਹਾ। ਤਾਇਆ ਤਾਂ ਉੱਥੇ ਸੀ ਪਰ ਉਹਦੀ ਰੂਹ ਨਹੀਂ ਸੀਗੀ। ਮੈਂ ਬਥੇਰਾ ਹਸਾਇਆ ਖੇਡਿਆ ਪਰ ਮਾਂ ਦਾ ਪੁੱਤ ਜਮ੍ਹਾਂ ਨਹੀਂ ਹੱਸਿਆ। ਸਾਰਾ ਦਿਨ ਚੁੱਪ ਚੁੱਪ ਰਿਹਾ, ਗੁਰਿੰਦਰ ਦੀ ਯਾਦ ਖਾਈ ਜਾ ਰਹੀ ਸੀ ਉਹਨੂੰ। ਅੱਜ ਇਹੀ ਹਾਲ ਜੀ ਅੱਜ ਤਾਈ ਦਾ ਸੀਗਾ। ਮੈਂ ਗਈ ਸੀ ਉੱਧਰ ਅੱਜ ਕੰਮ ਕਰਾਉਣ ਤਾਈ ਨਾਲ। ਮੈਂ ਤਾਈ ਨਾਲ ਬਹੁਤ ਵਾਰ ਗੱਲ ਕੀਤੀ ਪਰ ਤਾਈ ਨਹੀਂ ਬੋਲੀ। ਹਰ ਗੱਲ 'ਤੇ ਅੱਖਾਂ ਭਰਿਆ ਆਉਂਦੀ ਸੀਗੀ। ਮੈਨੂੰ ਵੀ ਇਹੀ ਲੱਗਦਾ ਅੱਜ ਨਾ ਉਹ ਵੀਰੇ ਨੂੰ ਯਾਦ ਕਰਕੇ ਰੋਂਦੀ ਸੀ। ਜੀ ਤਾਂ ਮੇਰਾ ਵੀ ਨਹੀਂ ਲੱਗਿਆ ਅੱਜ ਸਾਰਾ ਦਿਨ। ਮੈਂ ਵੀ ਬਸ ਤਾਈ ਦੇ ਮੂੰਹ ਵੱਲ ਦੇਖੀ ਗਈ। ਮੇਰਾ ਤਾਂ ਆਪ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਹੈਗਾ। ਚੱਲ ਕੋਈ ਨਾ, ਤੁਸੀਂ ਟੈਨਸ਼ਨ ਨਾ ਲਓ, ਐਂ ਕਰੋ ਪਾਣੀ ਗਰਮ ਹੋਇਆ ਪਿਆ ਨਹਾ ਲਓ, ਰੋਟੀ ਪਾਉਂਦੀ ਹਾਂ ਮੈਂ। ਲੈ ਆਉਂਦੀ ਆ ਤੁਰੀ, ਇਹਨੂੰ ਕਿੰਨੇ ਵਾਰੀ ਕਿਹਾ ਤੂੰ ਨਾ ਆਇਆ ਕਰ, ਬਟ ਤੇ ਤੁਰਿਆ ਨਹੀਂ ਜਾਂਦਾ ਕਿਤੇ ਪੈਰ 'ਚ ਮੋਚ ਪਵਾ ਲਏ। ਸੁਣਦੇ ਹੋ? ਹਾਂ। ਤੁਸੀਂ ਸਵੇਰੇ ਵੀ ਜਲਦੀ ਆ ਗਏ ਬਿਨਾਂ ਰੋਟੀ ਖਾਈ। ਹਾਂ ਬਹਿ ਜਾ ਵੀਰੇ ਪਹਿਲਾਂ ਦਾ। ਉਹ ਯਾਰ ਲੈਟ ਆਉਣੀ ਸੀ 4 ਵਜੇ, ਮੈਨੂੰ ਸੀ ਵੀ ਕਿੱਥੇ ਬਾਪੂ ਨੂੰ ਕਹੂੰਗਾ ਯਾਰ, ਬਾਪੂ ਤੰਗ ਹੋਊਗਾ, ਫਿਰ ਮੈਂ ਤਾਂ ਆਪ ਹੀ ਆ ਗਿਆ। ਨਾਲੇ ਮੇਰੀ ਗੱਲ ਸੁਣੋ, ਬਾਪੂ ਨੂੰ ਕਹਿ ਕੇ ਤਾਂ ਆਇਆ ਸੀ ਮੈਂ, ਜੇ ਚਾਹ ਦੇਣ ਆਉਂਗੇ ਰੋਟੀ ਵੀ ਨਾਲ ਹੀ ਲੈ ਆਈ ਹੋ, ਤੈਨੂੰ ਕੀ ਲੋੜ ਸੀ ਆਉਣ ਦੀ? ਸਾਰੇ ਕੰਮ ਹੁਣ ਬਾਪੂ ਹੀ ਕਰਨਗੇ, ਮੇਰੇ ਲਈ ਨਹੀਂ ਤੁਸੀਂ ਕੰਮ ਛੱਡ ਸਕਦੇ। ਹੋ ਯਾਰ ਮੈਂ ਤਾਂ ਨਹੀਂ ਕਹਿੰਦਾ ਵੀ ਤੂੰ ਹੀ ਤੰਗ ਹੋਏਗੀ, ਨਾਲੇ ਆ ਹੁਣ ਡਿੱਗੀ ਸੀ ਬਚ ਗਈ ਨਾ। ਨਾਲੇ ਤੁਹਾਨੂੰ ਇੱਦਾਂ ਕਦੋਂ ਤੋਂ ਲੱਗਣ ਲੱਗ ਗਿਆ ਤੁਹਾਡਾ ਕੰਮ ਕਰਨ ਲਈ ਮੈਂ ਤੰਗ ਹੁੰਦੀ ਹਾਂ? ਤੂੰ ਨਹੀਂ ਸਮਝਦੀ ਯਾਰ ਗੱਲਾਂ। ਚੱਲ ਤੂੰ ਐਂ ਕਰ ਰੋਟੀ ਰੱਖ ਦੇ, ਬਾਅਦ 'ਚ ਖਾਊਂਗਾ ਮੈਂ। ਆ ਪਰਲੇ 2 ਕਿੱਲੇ ਪਿੰਡ ਰਮਾਉਣ ਵਾਲੇ, ਉਹ 'ਚ ਪਾਣੀ ਛੱਡਿਆ ਵਾ ਮੈਂ। ਮੈਨੂੰ ਪਤਾ ਹੀ ਸੀ ਤੁਹਾਡਾ, ਜੇ ਮੈਂ ਰੋਟੀ ਛੱਡ ਕੇ ਚਲੀ ਗਈ ਨਾ ਤੁਸੀਂ ਕੰਮ ਨੂੰ ਲੱਗੇ ਰਹਿਣਾ, ਰੋਟੀ ਐਂ ਰਹਿ ਜਾਣੀ। ਖਾ ਲੂੰਗਾ ਯਾਰ, ਤੂੰ ਵੀ ਜਿੱਦ ਬਹੁਤ ਕਰਦੀ ਹੈ। ਤੁਸੀਂ ਖਾ ਲਓ ਤਾਂ ਮੇਰੇ ਸਾਹਮਣੇ ਇੱਕ ਵਾਰ ਮੈਨੂੰ ਵੀ ਤਸੱਲੀ ਰਹੂਗੀ ਕਿ ਤੁਹਾਡਾ ਢਿੱਡ ਭਰਿਆ ਹੋਇਆ। ਚੱਲ ਆਪਣਾ ਆਪਣੇ ਹੱਥਾਂ ਨਾਲ ਖਵਾ ਲੈਣ ਦਿਓ। ਚੱਲ ਖਵਾ ਦੇ, ਚੱਲ ਖਵਾ। ਕੀ ਹੋ ਗਿਆ ਜੀ? ਅੱਧੀ ਰਾਤ ਹੋ ਰਹੀ ਹੈ, ਨੀਂਦ ਨਹੀਂ ਆ ਰਹੀ? ਨਹੀਂ ਨਹੀਂ, ਇਹੀ ਤਾਂ ਕੋਈ ਗੱਲ ਨਹੀਂ, ਮੈਂ ਤਾਂ ਸੁੱਤਾ ਹੀ ਪਿਆ ਸੀ, ਪਾਣੀ ਦੀ ਤੇਜ਼ ਹੀ ਲੱਗੀ ਤਾਂ ਕਰਕੇ ਉੱਠ ਕੇ ਪਾਣੀ ਪੀਣ ਲੱਗ ਗਿਆ। ਤੂੰ ਕਿਵੇਂ ਗੇਟ ਖੋਲ੍ਹ ਕੇ ਆਈ ਹੈ, ਤੈਨੂੰ ਨਹੀਂ ਨੀਂਦ ਆਈ ਹਾਲੇ? ਉਹ ਨਹੀਂ ਜੀ, ਇੱਦਾਂ ਦੀ ਕੋਈ ਗੱਲ ਨਹੀਂ, ਮੈਂ ਤਾਂ ਨਾ ਘੋਕ ਸੁੱਤੀ ਪਈ ਸੀ, ਮੈਨੂੰ ਵੀ ਖੜਕਾ ਜਿਹਾ ਸੁਣਿਆ ਤਾਂ ਕਰਕੇ ਮੇਰੀ ਅੱਖ ਖੁੱਲ ਗਈ। ਕੋਈ ਗੱਲ ਨਹੀਂ, ਰਾਤ ਬਹੁਤ ਹੋ ਗਈ, ਕੰਨ ਨੀਂਦ ਖਰਾਬ ਕਰੀਏ, ਜੇ ਜਾ ਕੇ ਸੌਂ ਜਾ। ਜੇ ਸਾਨੂੰ ਪਾਣੀ ਦੀ ਤੇਲ ਲੱਗੀ ਸੀ ਤੁਸੀਂ ਮੈਨੂੰ ਜਗਾ ਦਿੰਦੇ, ਪਾਣੀ ਮੈਂ ਫੜਾ ਦਿੰਦੀ। ਨਹੀਂ, ਮੈਂ ਸੋਚਿਆ ਜਦ ਤੂੰ ਘੂਕ ਸੁੱਤੀ ਪਈ ਹੈ ਤੈਨੂੰ ਕਾਹਨੂੰ ਤੰਗ ਕਰਨਾ, ਤਾਂ ਕਰਕੇ ਉੱਠ ਕੇ ਪੀ ਲਿਆ।
ਉਹਦਾ ਗਲਾਸ ਡਿੱਗ ਪਿਆ ਤੇ ਜੱਸਾਂ ਜਾ ਕੇ। ਕੋਈ ਨਾ ਜੀ, ਤੁਸੀਂ ਵੀ ਸੌਂ ਜਾਓ ਹੁਣ, ਕਿਤੇ ਐਵੇਂ ਸੋਚੀ ਜਾਓ। ਲੈ ਕਮਲੀ, ਕਹਿੰਦੀ ਘੂਕ ਸੁੱਤੀ ਪਈ ਸੀ, ਸਾਰੀ ਉਮਰ ਲੰਘਾਤੀ ਤੇਰੇ ਨਾਲ, ਤੂੰ ਮੇਰੇ ਤੋਂ ਪਰਦੇ ਰੱਖਦੀ। ਹਾਂ ਤਾਈ, ਤੈਨੂੰ ਵੀ ਲਿਆ ਕੇ ਦੇਵਾਂ ਚਾਹ ਦੀ ਕੁੱਟਾ? ਨਾ ਨਾ ਤਾਈ, ਚਾਹ ਤਾਂ ਦੋ ਵਾਰੀ ਪੀ ਲਈ ਹੁਣ। ਪਾਲੇ ਓਏ, ਹਾਂ ਤਾਇਆ, ਸ਼ੇਰਾਂ ਵਾਲੇ ਆ ਘਰ ਵਾਲਾ ਕੰਮ ਟਾਈਮ ਨਾਲ ਨਿਬੇੜ ਲੈ। ਅੱਜ ਆਪਾਂ ਮੋਟਰ ਕੱਢਾਂਗੇ ਉਰਲੀ, ਪਾਣੀ ਜਮੀ ਘਟਾ ਗਈ। ਅੱਛਾ, ਹੋਰ ਆ ਜੇ ਤਾਂ ਮੈਂ ਤੈਨੂੰ ਕਿਰਾਇਆ ਦੇਵਾਂ ਭਲਾ? ਹਾਂ, ਉਹ ਹੁਣ ਤਾਂ ਇੱਕ ਪਾਣੀ ਲੱਗੂ ਕਣਕਾਂ ਨੂੰ, ਆਪਾਂ ਜੀਰੀ ਵੇਲੇ ਬਦਲ ਲੈਂਦੇ ਹਾਂ। ਗੱਲ ਤਾਂ ਤੇਰੀ ਆ ਵੀ ਸਿਆਣੀ ਹੈ ਯਾਰ, 2 ਸਾਲ ਹੋ ਗਏ ਮੋਟਰ ਪਾਈ ਨੂੰ, ਪਾਣੀ ਤਾਂ ਇਹਨੇ ਘਟਾਉਣਾ ਹੀ ਹੈ। ਜੀਰੀਆਂ ਵੇਲੇ ਫਿਰ ਨਵੀਂ ਪਾ ਲਾਂਗੇ ਕਿ ਨਹੀਂ? ਹਾਂ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਨਗਰ ਨਿਵਾਸੀਆਂ ਨੂੰ ਬੇਨਤੀ ਹੈ ਭਾਈ, ਵੀ ਜੋ ਪਿਛਲੀ ਵਾਰ ਦਿੱਲੀ ਦੇ ਵਿੱਚ ਕਿਸਾਨਾਂ ਨੇ ਕਾਨੂੰਨ ਰੱਦ ਕਰਵਾਏ ਸੀ, ਉਹ ਮੋਰਚੇ ਦੇ ਵਿੱਚ ਭਾਈ ਕੁਛ ਮੰਗਾਂ ਅਧੂਰੀਆਂ ਰਹਿ ਗਈਆਂ, ਉਹ ਮੰਗਾਂ ਨੂੰ ਪੂਰੀਆਂ ਕਰਾਉਣ ਵਾਸਤੇ ਭਾਈ ਅੱਜ ਫਿਰ ਆਪਣੇ ਮੰਡੀ ਵਾਲੇ ਅੱਡੇ ਤੋਂ ਕਿਸਾਨਾਂ ਦੀਆਂ ਟਰਾਲੀਆਂ ਜਾਣਗੀਆਂ। ਸੋ ਵੱਧ ਤੋਂ ਵੱਧ ਕਿਸਾਨ ਵੀਰ ਭਾਈ ਟਰਾਲੀਆਂ ਚੜ੍ਹਨ ਦੀ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ। ਆਹੀ ਇੱਕ ਗੱਲ, ਉਸ ਮਿੰਟ ਮੇਰੇ ਪਿੰਡ ਦੇ ਵਿੱਚ ਪਹਿਲਾਂ ਵੀ ਤਾਂ ਹੋਈ ਸੀ, ਉਹ ਮੇਰੇ ਪਿੰਡ ਵਾਸਤੇ ਬੜਾ ਕਾਲਾ ਦਿਨ ਸੀ, ਜਦੋਂ ਲੋਕਾਂ ਨੇ ਗੱਲਾਂ ਕਰੀਆਂ ਸੀ ਵੀ ਗੰਡੂਆਂ ਦਾ ਨੌਜਵਾਨ ਗੁਰਜਿੰਦਰ ਹੁਣ ਕਦੇ ਪਿੰਡ ਨਹੀਂ ਆ ਸਕਦਾ, ਦਿੱਲੀ ਲੱਗੇ ਕਿਸਾਨੀ ਮੋਰਚੇ ਦੇ ਵਿੱਚ ਗੁਰਜਿੰਦਰ ਸ਼ਹੀਦ ਹੋ ਗਿਆ, ਉਹ ਵੇਲਾ ਮੈਂ ਕਿਵੇਂ ਭੁੱਲ ਸਕਦਾ। ਗਰਮੇਲ ਜੀ, ਜੋ ਹੋਇਆ ਹੋਇਆ ਤਾਂ ਮਾੜਾ ਹੀ ਆ, ਆ ਚੰਦਰੀਆਂ ਸਰਕਾਰਾਂ ਨੇ ਥੋਤੋ ਤੁਹਾਡਾ ਪੁੱਤ ਖੋਲਿਆ ਅਤੇ ਮੈਥੋਂ ਮੇਰਾ ਜਵਾਈ। ਮੈਨੂੰ ਤਾਂ ਹੁਣ ਇਸ ਗੱਲ ਦੀ ਫਿਕਰ ਆ ਕਿ ਮੇਰੀ ਧੀ ਦੀ ਉਮਰ ਹਜੇ ਹੋਈ ਕੀ ਆ, ਮੈਂ ਚਾਹੁੰਦਾ ਕਿ ਉਹਦਾ ਕਿਤੇ ਹੋਰ ਰਿਸ਼ਤਾ ਵਿਆਹ ਕਰ ਦੇਵਾਂ ਜੇ ਥੋੜ੍ਹੀ ਇਜਾਜ਼ਤ ਹੋਵੇ ਤਾਂ। ਕੋਈ ਗੱਲ ਨਹੀਂ ਜੀ, ਜਿਵੇਂ ਤੁਹਾਨੂੰ ਠੀਕ ਲੱਗੇ, ਨਾਲੇ ਹੁਣ ਵੈਸੇ ਵੀ ਸਾਡਾ ਕਾਹਦਾ ਜ਼ੋਰ ਹੈ, ਸਾਡਾ ਪੁੱਤ ਨਹੀਂ ਸਾਡੇ ਕੋਲ ਰਿਹਾ ਤਾਂ ਇਹਦੇ ਵਿਚਾਰੀ 'ਤੇ ਸਾਡਾ ਕੀ ਹੱਕ ਹੈ, ਜਿਵੇਂ ਤੁਹਾਨੂੰ ਚੰਗਾ ਲੱਗੇ। ਕੋਈ ਗੱਲ ਨਹੀਂ, ਤੁਸੀਂ ਹੌਂਸਲਾ ਨਾ ਹਾਰੋ। ਧੰਨਵਾਦ ਜੀ। ਕੋਈ ਗੱਲ ਨਹੀਂ ਜੀ, ਹੌਂਸਲਾ ਤਾਂ ਕਾਹਦੇ ਵਾਸਤੇ ਹਾਰਨਾ, ਮੇਰਾ ਪੁੱਤ ਕਿਹੜਾ ਕੋਈ ਨਲਾਇਕੀ ਕਰਕੇ ਮਰਿਆ, ਆਪਦੇ ਹੱਕਾਂ ਵਾਸਤੇ ਮਰਿਆ। ਕੋਈ ਗੱਲ ਨਹੀਂ ਜੱਸੀ, ਪੁੱਤ ਕੀ ਫੈਸਲਾ ਫਿਰ ਤੇਰਾ? ਬਾਪੂ, ਜਿਵੇਂ ਤੁਹਾਨੂੰ ਠੀਕ ਲੱਗਦਾ, ਜੋ ਤੁਹਾਨੂੰ ਸਹੀ ਲੱਗਦਾ। ਚੱਲ ਫਿਰ ਪੁੱਤ, ਆ ਚੱਲੀਏ ਫਿਰ ਆਪਾਂ। ਨਹੀਂ ਬਾਪੂ, ਇਹ ਸਹੀ ਨਹੀਂ ਹੈ, ਮੈਂ ਇਹਨਾਂ ਨੂੰ ਛੱਡ ਕੇ ਕਿਵੇਂ ਤੁਹਾਡੇ ਨਾਲ ਜਾ ਸਕਦੀ ਹਾਂ? ਇਹਨਾਂ ਨੇ ਵੀ ਆਪਣਾ ਜਵਾਨ ਪੁੱਤ ਗਵਾਇਆ, ਇਹਨਾਂ ਦਾ ਸਹਾਰਾ ਕੌਣ ਬਣੂਗਾ ਜੇ ਮੈਂ ਤੁਹਾਡੇ ਨਾਲ ਚਲੀ ਗਈ? ਮੇਰੇ ਲਈ ਇਹੀ ਸਹੀ ਹੈ ਕਿ ਮੈਂ ਇਹਨਾਂ ਨਾਲ ਹੀ ਰਵਾਂ, ਗੁਰਜਿੰਦਰ ਦੀਆਂ ਯਾਦਾਂ ਮੇਰੇ ਨਾਲ ਹਮੇਸ਼ਾ ਰਹਿਣਗੀਆਂ, ਮੈਂ ਇਹਨਾਂ ਦੋਨਾਂ ਦੀ ਸੇਵਾ ਕਰਨਾ ਚਾਹੁੰਦੀ ਹਾਂ ਸਾਰੀ ਜ਼ਿੰਦਗੀ। ਇੱਕ ਬੇਨਤੀ ਸਾਡੀ ਵੀ ਮੰਨ, ਅੱਜ ਤੋਂ ਬਾਅਦ ਇਹ ਕੁੜੀ ਮੇਰੀ ਨੂੰਹ ਬਣ ਕੇ ਨਹੀਂ, ਮੇਰਾ ਪੁੱਤ ਬਣ ਕੇ ਇਸ ਘਰ 'ਚ ਰਹੂ, ਇਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੇ, ਮੇਰੇ ਪੁੱਤ ਵਾਂਗੂ ਹਰ ਥਾਂ 'ਤੇ ਅੱਗੇ ਰਿਹਾ ਕਰੂ, ਛੱਡ ਦਿਓ ਉਹਨੂੰ। ਚਲੋ ਠੀਕ ਹੈ ਜੀ, ਜਿਵੇਂ ਤੁਹਾਨੂੰ ਮਨਜ਼ੂਰ, ਮੈਂ ਚੱਲਦਾ। ਠੀਕ ਹੈ ਜੀ।
ਮਿਸ ਧੀਏ ਰੋ ਨਾ, ਮੈਨੂੰ ਤੇਰੇ 'ਤੇ ਮਾਣ ਹੈ। ਅੱਜ ਤੋਂ ਬਾਅਦ ਤੂੰ ਮੇਰੀ ਨੂੰਹ ਨਹੀਂ, ਤੂੰ ਮੇਰਾ ਗੁਰਜਿੰਦਰ ਪੁੱਤ ਹੈ। ਮੇਰੀ ਗੱਲ ਸੁਣ, ਆ ਕੱਪੜੇ ਲੀੜੇ ਦਾ ਛੱਡ ਖੇੜਾ, ਚੱਲ ਕੇ ਗਿਆ ਮੇਰਾ ਬੈਗ ਪੈਕ ਕਰ। ਬੈਗ ਬੈਗ ਕਾਹਤੋਂ? ਤੈਨੂੰ ਨਹੀਂ ਸੁਣੀ ਲੋਸਮੈਂਟ? ਉਹ ਦਿੱਲੀ ਸਰਕਾਰ ਨਾਲ ਫਿਰ ਮੱਥਾ ਲੱਗ ਗਿਆ ਆਪਣਾ। ਕੋਈ ਗੱਲ ਨਹੀਂ, ਪਰ ਇਸ ਵਾਰ ਨਹੀਂ ਪਿੱਛੇ ਹਟਦੇ, ਹੁਣ ਲੜਾਈ ਆਰ ਪਾਰ ਦੀ ਲੜਾਂਗੇ। ਬਥੇਰੀਆਂ ਮਾਵਾਂ ਦੇ ਪੁੱਤ ਖੋਲ੍ਹੇ ਇਹਨਾਂ ਨੇ, ਬਥੇਰੇ ਕਿਸਾਨ ਫਾਹੇ ਲੈ ਲੈ ਮਰਵਾਤੇ ਇਹਨਾਂ ਨੇ, ਪਰ ਹੁਣ ਨਹੀਂ, ਐਤਕੀ ਤਾਂ ਕੁਛ ਕਰਕੇ ਮੁੜਾਂਗੇ। ਮੈਂ ਧਰਨੇ 'ਤੇ ਚੱਲਿਆ, ਚੱਲ ਮੇਰੀ, ਤੁਸੀਂ ਇਕੱਲੇ ਨਹੀਂ ਜਾਓਗੇ, ਮੈਂ ਵੀ ਤੁਹਾਡੇ ਨਾਲ ਚੱਲਾਂਗੀ। ਯਾਰ ਤੂੰ ਇਸ ਜੰਗ 'ਚ ਆਪਣਾ ਪੁੱਤ ਸ਼ਹੀਦ ਹੋਇਆ ਅਤੇ ਆਪਾਂ ਨੇ ਆਪਣੇ ਪੁੱਤ ਦੀ ਸਹੀ ਸਿੱਧਾ ਬਦਲਾ ਲੈ ਕੇ ਹੀ ਵਾਪਸ ਮੁੜਨਾ। ਚੱਲ ਫਿਰ ਸਹੀ ਗੱਲ ਹੈ, ਚੱਲ ਕੇ ਨਾ ਕਰ ਬੈਗ ਪੈਕ। ਕਰਦੀ ਹਾਂ ਜੀ। ਪਾਲੇ ਹਾਂ ਤਾਂ ਗੱਲ ਸੁਣ ਪੁੱਤ, ਅਸੀਂ ਚੱਲਿਆ ਧਰਨੇ 'ਤੇ, ਹੁਣ ਭਾਵੇਂ ਉੱਥੇ ਸਾਲ ਲੱਗੇ ਭਾਵੇਂ ਲੱਗੇ 6 ਮਹੀਨੇ, ਘਰ ਦਾ ਖਿਆਲ ਅਤੇ ਡੰਗਰ ਪਸ਼ੂ ਦਾ ਖਿਆਲ ਤੈਅ ਰੱਖਣਾ ਪੁੱਤ, ਹੁਣ ਘਰ ਦੀ ਜ਼ਿੰਮੇਵਾਰੀ ਤੇਰੀ ਹੈ। ਜਾ ਕੇ ਨਾ ਮੱਲ ਬਣ ਕੇ, ਨਾਲੇ ਉਹਨੂੰ ਤੇਰੀ ਬਹੂ ਨੂੰ ਕਹਿ ਵੀ ਆ ਕੇ ਘਰ ਦਾ ਕੰਮ ਕਰ ਸਕੂਗੀ। ਚੱਲਿਆ ਸੀ, ਮੈਂ ਵੀ ਚੱਲਾਂਗੀ ਤੁਹਾਡੇ ਨਾਲ। ਪਰ ਪੁੱਤ ਤੂੰ ਉੱਥੇ ਕੀ ਕਰੇਂਗੀ, ਤੇਰਾ ਉੱਥੇ ਕੀ ਗਮ ਆ, ਹਾਲਾਤ ਤਾਂ ਦੇਖ ਉੱਥੇ ਕਿਹੋ ਜਿਹੇ ਨੇ। ਯਾਦ ਕਰੋ ਆਪਣੀ ਗੱਲ ਬਾਪੂ, ਤੁਸੀਂ ਮੈਨੂੰ ਕੀ ਕਿਹਾ ਸੀ? ਅੱਜ ਤੋਂ ਬਾਅਦ ਇਹ ਕੁੜੀ ਮੇਰੀ ਨੂੰਹ ਬਣ ਕੇ ਮੇਰਾ ਪੁੱਤ ਬਣ ਕੇ ਇਸ ਘਰ 'ਚ ਰਹੋ, ਇਹਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੇ, ਮੇਰੇ ਪੁੱਤ ਵਾਂਗੂ ਹਰ ਥਾਂ 'ਤੇ ਅੱਗੇ ਰਿਹਾ ਕਰੋ। ਯਾਦ ਹੈ ਪੁੱਤ, ਮੇਰੇ ਇਕੱਲੀ ਇਕੱਲੀ ਗੱਲ ਯਾਦ ਹੈ, ਮੈਂ ਕੀ ਕਿਹਾ ਸੀ ਤੈਨੂੰ? ਪਰ ਇਸ ਸਮੇਂ ਤੂੰ ਨਹੀਂ, ਪਰ ਕੁਛ ਵੀ ਨਹੀਂ, ਇਹ ਟਾਈਮ ਹੈ, ਤੁਸੀਂ ਆਪਣੇ ਪੁੱਤ ਨੂੰ ਪਰਖੋ, ਮੈਂ ਤੁਹਾਡੇ ਨਾਲ ਚੱਲਾਂਗੀ। ਇਹ ਉਹੀ ਟਾਈਮ ਹੈ ਜਿੱਥੇ ਆਪਾਂ ਗੁਰਜਿੰਦਰ ਦੀ ਸ਼ਹੀਦੀ ਦਾ ਮੁੱਲ ਪਾਉਣਾ ਹੈ। ਗੁਰਜਿੰਦਰ ਸਿਰਫ ਤੁਹਾਡਾ ਪੁੱਤ ਨਹੀਂ ਸੀ, ਮੈਨੂੰ ਪੁੱਛੋ, ਮੇਰੇ ਦਿਲ ਨੂੰ ਪਤਾ ਹੈ ਮੈਂ ਕਿਵੇਂ ਇੱਕ ਇੱਕ ਦਿਨ ਉਹਦੇ ਬਿਨਾਂ ਗੁਜ਼ਾਰਿਆ, ਹੁਣ ਆਪਣਾ ਸਾਰਾ ਪਰਿਵਾਰ ਜਾਊਗਾ ਉਹਦੇ ਨਾਲ। ਕੋਈ ਗੱਲ ਨਹੀਂ ਪੁੱਤ। ਤਾਇਆ ਕਰਤਾ ਨਾ ਬਗਾਨਾ। ਪਾਲੇ ਪੁੱਤ ਤੂੰ ਤੂੰ ਆ ਬੈਗ ਕਿੱਧਰ ਚੱਕਿਆ? ਧੀਏ ਠੀਕ ਹੈ, ਇਹ ਲੜਾਈ ਸਾਂਝੀ ਆਪਣੀ, ਮਜ਼ਦੂਰਾਂ ਕਿਸਾਨਾਂ ਦੀ ਲੜਾਈ ਆ। ਇਹ ਜ਼ਮੀਨ ਜਿਹੜੀ ਆਪਾਂ ਨੇ ਦਰਖੇਜ਼ ਕੀਤੀ ਹੈ ਨਾ, ਉਹਦੇ ਵਿੱਚ ਸਾਡਾ ਵੀ ਉਨੀ ਮੁੜਤਾ ਹੰਢਾਇਆ ਗਾ ਅਸੀਂ ਵੀ, ਅਤੇ ਇਸ ਕਰਕੇ ਸਾਂਝੀ ਲੜਾਈ ਹੈ, ਸਾਂਝੇ ਲੜਾਂਗੇ। ਤਾਈ ਗੁਰਜਿੰਦਰ ਵੀਰਾ ਇਕੱਲਾ ਤੁਹਾਡਾ ਪੁੱਤ ਨਹੀਂ ਸੀ, ਮੇਰਾ ਵੀ ਭਰਾ ਸੀ, ਮੈਨੂੰ ਤਾਂ ਕਦੇ ਉਹਨੇ ਸਮਝਿਆ ਹੀ ਨਹੀਂ ਸੀ ਵੀ ਕੰਮ ਵਾਲੀਆਂ ਭੈਣਾਂ ਵਾਂਗੂ ਪਿਆਰ ਕਰਦਾ ਸੀ। ਤਾਈ ਇਸ ਚੁੱਲ੍ਹੇ 'ਤੇ ਮੈਂ ਆਪ ਰੋਟੀਆਂ ਪਕਾ ਕੇ ਖਾਧੀਆਂ ਨੇ, ਨਾਲੇ ਦੁੱਖ ਸੁੱਖ ਦੇਖਿਆ, ਅਤੇ ਅੱਜ ਜਦੋਂ ਮੇਰਾ ਸਾਰਾ ਟੱਬਰ ਧਰਨੇ 'ਤੇ ਜਾ ਰਿਹਾ, ਮੈਂ ਕਿਵੇਂ ਪਿੱਛੇ ਰਹਿ ਜਾਂ? ਅਸੀਂ ਵੀ ਤੁਹਾਡੇ ਨਾਲ ਚੱਲਾਂਗੇ। ਪਰ ਪਾਲੇ ਪੁੱਤ ਹੁਣ ਇਸ ਘਰ ਨੂੰ ਕੌਣ ਸੰਭੂਗਾ? ਉਹ ਤਾਇਆ ਘਰਾਂ ਦੀ ਰਾਖੀ ਤਾਂ ਆਪੇ ਲੋਕ ਕਰ ਲੈਣਗੇ, ਹੁਣ ਤਾਂ ਜ਼ਮੀਨਾਂ ਦੀ ਰਾਖੀ ਕਰਨ ਦੀ ਲੋੜ ਆ। ਨਾਲੇ ਤੂੰ ਭੁੱਲ ਗਿਆ ਜਦੋਂ ਮੇਰਾ ਬਾਪੂ ਗੁਜ਼ਰਿਆ ਸੀ, ਤੂੰ ਉਦੋਂ ਵੀ ਅਤੇ ਹੁਣ ਵੀ ਕਦੇ ਬਾਪੂ ਵਾਲੀ ਕਮੀ ਨਹੀਂ ਤਾਂ ਮਹਿਸੂਸ ਹੋਣ ਦਿੱਤੀ ਹੈਗੀ। ਮੇਰੀਆਂ 3 ਭੈਣਾਂ ਦੇ ਵਿਆਹ ਹੋਏ ਅਤੇ ਤੂੰ ਪੂਰਾ ਸਾਥ ਦਿੱਤਾ। ਉਹ ਕਮਲਿਆ ਪੁੱਤਾ, ਤੂੰ ਆਪਦੀਆਂ ਗੱਲਾਂ ਯਾਦ ਰੱਖੀ ਬੈਠੇ, ਮੈਂ ਕਿਤੇ ਭੁੱਲ ਗਿਆ ਤੇਰੇ ਅਹਿਸਾਨ? ਤੈਨੂੰ ਪਤਾ ਜਦੋਂ ਪਾਣੀ ਦੀ ਵਾਰੀ ਪਿੱਛੇ ਆਪਣੇ ਸ਼ਰੀਕਾਂ ਨਾਲ ਲੜਾਈ ਹੋਈ ਸੀ, ਜਦੋਂ ਮੇਰੀ ਬਾਂਹ ਵੱਢੀ ਸੀ, ਮੈਂ ਬਾਂਹ ਨਾਲ ਤੜਫਦਾ ਸੀ, ਡਾਂਗਾ ਉਦੋਂ ਤੇਰੇ ਵੀ ਸਿਰ 'ਚ ਵੱਜੀਆਂ ਸੀ, ਤਾਂ ਖਾਲ 'ਚ ਪਏ ਨੇ ਲਲਕਣਾ ਮਾਰਿਆ ਸੀ, ਕਹਿੰਦਾ ਤਾਇਆ ਦਵੀ ਨਾ ਮੈਂ ਹੈਗਾ, ਮਰਦੇ ਪਏ ਨੂੰ ਚੱਕ ਕੇ ਲਿਆ ਸੀ ਤੂੰ ਮੈਨੂੰ। ਅਤੇ ਤਾਇਆ ਅੱਜ ਤੂੰ ਆਪਣੀ ਸੱਜੀ ਬਾਂਹ 'ਤੇ ਉਹੀ ਡਾਂਗ ਨੂੰ ਘਰੇ ਰੱਖ ਕੇ ਜਾ ਰਿਹਾ, ਜਦੋਂ ਲੜਾਈ ਸਾਂਝੀ ਆ ਤਾਂ ਸਾਂਝੀ ਲੜਾਂਗੇ ਨਾ। ਚੱਲ ਖੇਰਾ ਫਿਰ ਲੜਾਂਗੇ ਵੀ ਸਾਂਝੇ ਅਤੇ ਜਿੱਤ ਕੇ ਮੁੜਾਂਗੇ। ਚਲਾ ਜੋ ਢਿੱਡ ਭਰਦਾ ਦੁਨੀਆ ਦਾ, ਹੱਕ ਉਹਦੇ ਖੋਣਾ ਚਾਹੁਣੀ ਏ, ਤੂੰ ਦਿੱਲੀ ਏ ਪੰਜਾਬ ਉੱਤੇ
ਮੁੱਢ ਤੋਂ ਚੜ ਚੜ ਆਉਣੀ ਹੈ। ਤੈਨੂੰ ਖਬਰ ਤਾਂ ਇਹ ਵੀ ਹੈ, ਕਦੇ ਅਸੀਂ ਹਾਰ ਨਹੀਂ ਮੰਨਦੇ। ਪੰਜਾਬ ਦੀ ਧਰਤੀ 'ਤੇ ਨਲੂਏ ਅੱਜ ਵੀ ਨਹੀਂ ਜੰਮਦੇ। ਬੇਸ਼ੱਕ ਪਾਣੀਆਂ ਨਾਲ ਕੀਤੀ ਨੀ ਅੱਜ ਤੱਕ ਰੌਣੀ ਫਸਲਾਂ ਦੀ, ਹੁਣ ਖੂਨ ਸਾਡਾ ਮੰਗਦੀ ਇਹ ਲੜਾਈ ਨਸਲਾਂ ਦੀ। ਹੁਣ ਪੁੱਤ ਸਾਡੇ ਮੰਗਦੀ ਨੀ ਇਹ ਲੜਾਈ ਨਸਲਾਂ ਦੀ।